ਰੇਸ਼ਮ ਜੀ ਤੁਸੀਂ ਇਹ ਰੈਬਿਟ ਫਾਰਮ ਦਾ ਆਪਣੇ ਭਰਾ ਦੇ ਨਾਲ ਕੰਮ ਕਰ ਰਹੇ ਹੋ ਤੁਹਾਨੂੰ ਇਹ ਕੰਮ ਕਿਹੋ ਜਿਹਾ ਲੱਗਦਾ ਕੰਮ ਬਹੁਤ ਵਧੀਆ ਲੱਗਿਆ ਜੀ ਕਾਫੀ ਸਮੇਂ ਤੋਂ ਮੈਂ ਨਾਲ ਸਹਿਯੋਗ ਦੇ ਰਿਹਾ ਇਹ ਤਕਰੀਬਨ ਇਹ ਇਕੱਠਿਆਂ ਨੇ ਹੀ ਖੋਲਿਆ ਸੀ ਅਤੇ ਇੱਕ ਫਾਰਮ ਸਾਡਾ ਇੱਥੇ ਆ ਇੱਕ ਨਾਲ ਆ ਪਿੰਡ ਭਾਣਾ ਇੱਥੋਂ ਕਿਲੋ 2 ਕਿਲੋਮੀਟਰ ਹੋਊਗਾ ਜੀ ਅਤੇ ਉੱਥੇ ਖੋਲਿਆ ਗਿਆ ਜੀ ਸਾਡਾ 10 ਯੂਨਿਟ ਦਾ ਉੱਤੇ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਅਸੀਂ ਇਹੀ ਕਹਿੰਦੇ ਹਾਂ ਜੀ ਇਹ ਫਾਰਮ ਬਹੁਤ ਵਧੀਆ ਕੰਮ ਆ ਜੀ ਇਹ ਸਾਰੇ ਰਲ ਮਿਲ ਕੇ ਚਲਾਉਣ ਖਰਚਾ ਵਧੀਆ ਆਪਣਾ ਚੱਲੀ ਜਾਂਦਾ ਘਰ ਦਾ ਜੀ ਹੁਣ ਖੇਤੀਬਾੜੀ 'ਚ ਇੰਨੀ ਕੋਈ ਹੈ ਨਹੀਂ ਬਾਹਲੀ ਬੱਚਤ ਅਤੇ ਇਸ ਕਰਕੇ ਅਸੀਂ ਵੀ ਹੁਣ ਆਪ ਹੀ ਚਲਾਇਆ ਕੋਈ ਬੰਦੇ ਨਹੀਂ ਘਰ ਦੇ ਹੀ ਅਸੀਂ ਆਪ ਹੀ ਜੀ ਤੁਹਾਨੂੰ ਕੰਮ ਕਿਹੜਾ ਵਧੀਆ ਲੱਗਿਆ ਫਸਲਾਂ ਵਾਲਾ ਕੀ ਰੈਬਿਟ ਫਾਰਮਿੰਗ ਦਾ ਇੰਨੇ ਦਿਨਾਂ 'ਚ ਮੇਰੇ ਹਿਸਾਬ ਨਾਲ ਸਾਨੂੰ ਤਾਂ ਫਸਲ ਨਾਲੋਂ ਰੈਬਿਟ ਫਾਰਮ ਵਾਲਾ ਵਧੀਆ ਕੰਮ ਲੱਗਿਆ ਜੀ ਅਤੇ ਮੈਂ ਜਦੋਂ ਫਾਰਮ ਸ਼ੁਰੂ ਕੀਤਾ 3 ਲੱਖ ਤੋਂ ਸ਼ੁਰੂ ਕੀਤਾ ਜੀ ਮੈਂ ਕੰਪਨੀ ਵੱਲੋਂ 3 ਲੱਖ ਰੁਪਇਆ ਭਰਿਆ ਸੀਗਾ ਜੀ ਉਹਨਾਂ ਨੇ 5 ਸਾਲ ਦਾ ਮੇਰੇ ਨਾਲ ਐਗਰੀਮੈਂਟ ਕੀਤਾ ਜੀ ਅਤੇ ਉਹਨਾਂ ਨੇ ਬੱਚੇ ਲਿਜਾਉਣ ਦਾ 5 ਸਾਲ ਤੱਕ ਉਹਨਾਂ ਦਾ ਸਾਰਾ ਆਉਣ ਜਾਣ ਦਾ ਸਾਰਾ ਖਰਚਾ ਉਹਨਾਂ ਦਾ ਜੀ